ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਉੱਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦਾ ਭਾਰੀ ਇਕੱਠ ਦਿਖਾਈ ਦੇ ਰਿਹਾ ਤਾਂ ਲਗਾਤਾਰ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਆ ਦਮਦਮਾ ਸਾਹਿਬ ਖਾਲਸੇ ਦੇ ਸਾਜਨਾ ਦਿਵਸ ਮੌਕੇ ਪਹੁੰਚ ਰਹੀ ਹੈ, ਵਿਸਾਖੀ ਦੇ ਉੱਤੇ ਪਹੁੰਚ ਰਹੀ ਹੈ। ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲਗਾਤਾਰ ਅਨਮਿਊਟ ਤੇ ਦਿਖਾ ਰਹੇ ਹਾਂ, ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਠਾਠਾ ਮਾਰਦਾ ਇਕੱਠ ਸੰਗਤਾਂ ਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਮੌਕੇ ਅਤੇ ਵਿਸਾਖੀ ਮੌਕੇ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ। ਤਾਂ ਲਗਾਤਾਰ ਸੰਗਤਾਂ ਜਿਹੜੀਆਂ ਨੇ ਦੂਰੋਂ ਦੂਰੋਂ ਇੱਥੇ ਦਮਦਮਾ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ, ਤਾਂ ਥਾਂ ਥਾਂ ਦੇ ਉੱਤੇ ਪਾਣੀ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਜਿਹੜੇ ਆ ਉਹ ਲੱਗੇ ਹੋਏ ਨੇ। ਤਾਂ ਲਗਾਤਾਰ ਟਰਾਲੀਆਂ ਦੇ ਵਿੱਚ ਤੁਰ ਕੇ ਬੱਸਾਂ ਕਾਰਾਂ ਦੇ ਵਿੱਚ ਤੇ ਮੋਟਰਸਾਈਕਲਾਂ ਦੇ ਉੱਤੇ ਲਗਾਤਾਰ ਸੰਗਤ ਸ੍ਰੀ ਦਮਦਮਾ ਸਾਹਿਬ ਵਿਸਾਖੀ ਮੌਕੇ ਤੇ ਖਾਲਸਾ ਸਾਜਨਾ ਦਿਵਸ ਮੌਕੇ ਪਹੁੰਚ ਰਹੀ ਹੈ। ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਚਾਹੇ ਉਹ ਬਜ਼ੁਰਗ ਹੋਣ, ਚਾਹੇ ਉਹ ਬੀਬੀਆਂ ਹੋਣ, ਚਾਹੇ ਬੱਚੇ ਹੋਣ, ਲਗਾਤਾਰ ਜਿਹੜੇ ਆ ਖਾਲਸੇ ਦੇ ਸਾਜਨਾ ਦਿਵਸ ਮੌਕੇ ਪਹੁੰਚ ਰਹੇ ਨੇ। ਬਹੁਤ ਸਾਰੀਆਂ ਸੰਗਤਾਂ ਜਿਹੜਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਰਹੇ ਨੇ। ਤਾਂ ਲਗਾਤਾਰ ਤੁਹਾਨੂੰ ਸਵੇਰ ਤੋਂ ਤਸਵੀਰਾਂ ਦਿਖਾ ਰਹੇ ਹਾਂ, ਇਹ ਤਸਵੀਰਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀਆਂ ਨੇ। ਤਾਂ ਤਸਵੀਰਾਂ ਕੈਮਰੇ ਦੀ ਅੱਖ ਨਾਲ ਤੁਹਾਨੂੰ ਦਿਖਾ ਰਹੇ ਹਾਂ ਕਿ ਜਿੱਥੇ ਤੱਕ ਵੀ ਕੈਮਰੇ ਦੀ ਅੱਖ ਜਾ ਰਹੀ ਹੋਵੇਗੀ ਤੁਹਾਨੂੰ ਜਿਹੜਾ ਸੰਗਤਾਂ ਦਾ ਹੜ੍ਹ ਜਿਹੜਾ ਦਿਖਾਈ ਦੇਵੇਗਾ। ਤਾਂ ਕੋਰੋਨਾ ਤੋਂ ਬਾਅਦ ਜਿਹੜਾ ਪਿਛਲੀ ਵਾਰ ਵਿਸਾਖੀ ਸੀ ਉਦੋਂ ਸੰਗਤ ਦਾ ਇਕੱਠ ਘੱਟ ਸੀ, ਪਰ ਇਸ ਵਾਰ ਸੰਗਤ ਜਿਹੜੀ ਹੈ ਲਗਾਤਾਰ ਦਮਦਮਾ ਸਾਹਿਬ ਸਵੇਰ ਤੋਂ ਜਿਹੜੀਆਂ ਨੇ ਲੰਮੀਆਂ ਲੰਮੀਆਂ ਕਤਾਰਾਂ ਜਿਹੜੀਆਂ ਨੇ ਦਿਖਾਈ ਦੇ ਰਹੀਆਂ ਨੇ। ਤਾਂ ਪਿੱਛੇ ਖੰਡਾ ਚੌਂਕ ਤੋਂ ਲੈ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਜਿਹੜਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਇਕੱਠ ਦਿਖਾਈ ਦੇ ਰਿਹਾ। ਤਾਂ ਤਸਵੀਰਾਂ ਜਿਹੜੀਆਂ ਨੇ ਇੱਧਰ ਗੁਰਸਿਮਰ ਹੋਣਾ ਨੂੰ ਕਹੂੰਗਾ ਕਿ ਇਹ ਤਸਵੀਰਾਂ ਦਿਖਾ ਦਿੱਤੀਆਂ ਜਾਣ। ਤਾਂ ਇਹ ਲੰਗਰ ਵਾਲੇ ਸਿੰਘ ਨੇ ਜ਼ਿਆਦਾਤਰ ਜੋ ਲੰਗਰ ਦਾ ਜਿਹੜਾ ਰਾਸ਼ਨ ਰਸਦ ਜਿਹੜੀ ਆ ਲੈ ਕੇ ਆਉਂਦੇ ਨੇ। ਤਾਂ ਬਹੁਤ ਸਾਰੀ ਜਿਹੜੀ ਹੈ ਸੰਗਤ ਇੱਥੇ ਪਹੁੰਚ ਰਹੀ ਹੈ, ਇਕੱਠ ਵੱਡਾ ਇਕੱਠ ਹੈ। ਤਾਂ ਪੁਲਿਸ ਦੇ ਪ੍ਰਬੰਧ ਵੀ ਜਿਹੜੇ ਨੇ ਉਹ ਸਖ਼ਤ ਨੇ, ਪਿੱਛੇ ਚੈਕਿੰਗ ਤੋਂ ਬਾਅਦ ਜਿਹੜਾ ਉਸ ਗੇਟ ਤੋਂ ਐਂਟਰ ਹੋਣ ਦਿੱਤਾ ਜਾਂਦਾ। ਤਸਵੀਰਾਂ ਦੇ ਵਿੱਚ ਤੁਸੀਂ ਗੇਟ ਦੇਖ ਰਹੇ ਹੋਵੋਗੇ, ਤਾਂ ਸਿਰਫ ਜਿਹੜੇ ਲੰਗਰ ਵਾਲੇ ਜਿਹੜੇ ਵੀਰ ਨੇ ਜੋ ਰਸਦ ਲੈ ਕੇ ਆਉਂਦੇ ਨੇ ਸਿਰਫ ਉਹਨਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਹੈ, ਜਾਂ ਜਿਹੜੇ ਜਿਹਨਾਂ ਦੇ ਕੋਲ ਪਾਸ ਉਹਨਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਆ। ਤਾਂ ਸਿਰਫ ਕਿਉਂਕਿ ਸੰਗਤ ਦਾ ਇਕੱਠ ਜ਼ਿਆਦਾ ਹੈ ਉਸ ਕਰਕੇ ਬਹੁਤ ਸਾਰੇ ਵਾਹਨ ਜਿਹੜੇ ਆ ਉਹ ਪਿੱਛੇ ਹੀ ਜਿਹੜਾ ਲਗਭਗ 2-3 ਕਿਲੋਮੀਟਰ ਪਿੱਛੇ ਰੋਕ ਦਿੱਤੇ ਜਾਂਦੇ ਨੇ। ਉਸ ਤੋਂ ਬਾਅਦ ਸੰਗਤ ਤੁਰ ਕੇ ਇੱਥੋਂ ਤੱਕ ਪਹੁੰਚ ਰਹੀ ਹੈ। ਹਾਲਾਂਕਿ ਮੌਸਮ ਜਿਹੜਾ ਗਰਮੀ ਦਾ, ਗਰਮੀ ਦੇ ਵਿੱਚ ਥਾਂ ਥਾਂ ਦੇ ਉੱਤੇ ਛਬੀਲਾਂ ਗੁਰੂ ਕੇ ਲੰਗਰ ਚ ਵੱਖ ਵੱਖ ਲੰਗਰ ਜਿਹੜੇ ਆ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ। ਤਾਂ ਸਵੇਰ ਤੋਂ ਤੁਹਾਨੂੰ ਤਸਵੀਰਾਂ ਜਿਹੜਾ ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਦੀਆਂ ਤੁਹਾਨੂੰ ਦਿਖਾ ਰਹੇ ਹਾਂ। ਤਾਂ ਸੰਗਤ ਜਿਹੜੇ ਆ ਉਹ ਗੁਰੂ ਦੇ ਦਰਸ਼ਨ ਕਰਨ ਦੇ ਲਈ ਲਗਾਤਾਰ ਸ੍ਰੀ ਦਮਦਮਾ ਸਾਹਿਬ ਪਹੁੰਚ ਰਹੀ ਹੈ। ਤਾਂ ਵੱਡਾ ਇਕੱਠ ਲੋਕਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਖੜ੍ਹਨ ਦੇ ਲਈ ਜਿਹੜੀ ਹੈ ਲੋਕਾਂ ਨੂੰ ਖੜ੍ਹਨ ਦੇ ਲਈ ਜਗ੍ਹਾ ਜਿਹੜੀ ਆ ਉਹ ਨਹੀਂ ਮਿਲ ਰਹੀ। ਤਾਂ ਸੰਗਤਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ, ਲਗਾਤਾਰ ਤੁਹਾਨੂੰ ਅਨਮਿਊਟ ਤੇ ਤਸਵੀਰਾਂ ਦਿਖਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ, ਜਿਹੜੇ ਦੇਸ਼ ਤੇ ਵਿਦੇਸ਼ ਵਿੱਚ ਵੱਸਦੇ ਆ ਉਹਨਾਂ ਸਾਰਿਆਂ ਨੂੰ ਖਾਲਸਾ ਸਾਜਨਾ ਦਿਵਸ ਦਾ 325 ਸਾਲਾਂ ਤੇ ਬਹੁਤ ਬਹੁਤ ਵਧਾਈ ਦਿੰਦਾ। ਕਾਮਨਾ ਵੀ ਕਰਦਾ ਕਿ ਅੱਜ ਤੋਂ 325 ਸਾਲ ਪਹਿਲਾਂ ਸਤਿਗੁਰਾਂ ਨੇ ਇੱਕ ਵੱਡੇ ਇਕੱਠ ਵਿੱਚੋਂ ਪੰਜ ਪਿਆਰੇ
ਜਿਨ੍ਹਾਂ ਨੂੰ ਆਪਾਂ ਗੁਰੂ ਪਾਤਸ਼ਾਹ ਨੇ ਚੋਣ ਕੀਤੀ ਔਰ ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕਰਕੇ ਸਤਿਗੁਰਾਂ ਨੇ ਆਪ ਵੀ ਉਹਨਾਂ ਪਾਸੋਂ ਖੰਡੇ ਬਾਟੇ ਦੀ ਪੌਲ ਪ੍ਰਾਪਤ ਕੀਤੀ। ਸੋ ਇਹ ਇੱਕ ਸਿਧਾਂਤ ਸੀ ਪਵਿੱਤਰ ਨਿਖੜਵਾਂ ਖਾਲਸੇ ਪੰਥ ਲਈ ਕਿ ਪੰਜ ਪ੍ਰਧਾਨੀ ਦੀ ਪਿਰਤ ਸ਼ੁਰੂ ਹੋਈ ਤੇ ਪੰਜ ਖੰਡੇ ਬਾਟੇ ਦੀ ਪੌਲ ਦੇਣ ਲਈ ਗੁਰੂ ਪਾਤਸ਼ਾਹ ਦੇ ਸਨਮੁਖ ਹੋ ਕੇ ਇੱਕ ਜਥੇਦਾਰ ਚੁਣ ਕੇ ਉਹ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਜਿਹੜੇ ਵੀ ਇਸ ਦਿਹਾੜੇ ਤੇ ਆਉਂਦੇ ਉਹਨਾਂ ਸਾਰਿਆਂ ਨੂੰ ਉਹ ਪੌਲ ਦਿੱਤੀ ਜਾਂਦੀ। ਮੈਂ ਜਿੱਥੇ ਵਧਾਈ ਦਿੰਦਾ ਉੱਥੇ ਕੌਮ ਨੂੰ ਵੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਆਪਾਂ ਅੰਮ੍ਰਿਤਧਾਰੀ ਹੋਈਏ, ਇਹੋ ਸਤਿਗੁਰਾਂ ਦਾ ਸਾਨੂੰ ਸੰਦੇਸ਼। ਦੂਸਰੀ ਬੇਨਤੀ ਇਹ ਆ ਕਿ 325 ਸਾਲਾਂ ਤੇ ਪੰਜ ਸਿੰਘ ਸਾਹਿਬਾਨ ਵੱਲੋਂ ਔਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਵੱਲੋਂ ਇਹ ਆਦੇਸ਼ ਹੋਇਆ ਸੀ ਕਿ ਸਮੁੱਚੀ ਕੌਮ 325 ਸਾਲਾਂ ਖਾਲਸਾ ਸਾਜਨਾ ਦਿਵਸ ਨੂੰ ਆਪਣੇ ਘਰਾਂ ਦੇ ਉੱਤੇ, ਆਪਣੇ ਦਫ਼ਤਰਾਂ ਦੇ ਉੱਤੇ, ਆਪਣੇ ਕਾਰੋਬਾਰਾਂ ਦੇ ਉੱਤੇ ਤੇ ਭਾਵੇਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਪਹਿਲਾਂ ਵੀ ਖੰਡੇ ਤੇ ਨਿਸ਼ਾਨ ਸਾਹਿਬ ਸੁਸ਼ੋਭਿਤ ਆ, ਇਹ ਖਾਲਸਾ ਹੀ ਦੇਖ ਵਾਲੇ ਉਹ ਨਿਸ਼ਾਨ ਸਾਹਿਬ ਸੁਸ਼ੋਭਿਤ ਕੀਤੇ ਜਾਣ। ਉਹ 13 ਵਿਸਾਖੀ ਤੱਕ ਨਹੀਂ ਗਾ, ਉਹ ਸਾਰੇ ਖਾਲਸਾ ਪੰਥ ਨੂੰ ਉਦੇਸ਼ ਆ ਕਿ ਉਹ ਨਿਰੰਤਰ, ਕਿਉਂਕਿ ਹਰ ਇੱਕ ਦਾ ਇੱਕ ਅਸੂਲ ਹੁੰਦਾ ਤੇ ਸਿੱਖ ਪੰਥ ਦਾ ਇਹ ਅਸੂਲ ਆ ਜਿੱਥੇ ਨਿਸ਼ਾਨ ਸਾਹਿਬ ਝੁਲਦਾ ਉਹਦਾ ਮਤਲਬ ਕਿ ਇਹ ਸਾਰਿਆਂ ਲਈ ਸਾਂਝਾ, ਇੱਥੇ ਕੋਈ ਵੀ ਆ ਸਕਦਾ, ਕਿਸੇ ਲਈ ਕੋਈ ਰੁਕਾਵਟ ਨਹੀਂ। ਸੋ ਮੈਂ ਸਾਰੀ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ, ਸਿੱਖ ਭਾਈਚਾਰੇ ਨੂੰ, ਕਿ ਇਹ ਨਿਸ਼ਾਨ ਸਾਹਿਬ ਆਪਣੇ ਘਰਾਂ ਦੇ ਉੱਤੇ ਵਿਸਾਖੀ ਤੱਕ ਨਹੀਂ, ਇਹ ਜੇ ਸਦਾ ਵਾਸਤੇ ਚਲਾ ਜਾਣਾ ਤਾਂ ਵਧੀਆ ਉਹ ਵੀ, ਪਰ ਘੱਟੋ ਘੱਟ ਇੱਕ ਸਾਲ ਆਪਣੇ ਇਹ ਮਾਰਕ ਆਫ ਰਿਸਪੈਕਟ ਗੁਰੂ ਦਸਮ ਪਾਤਸ਼ਾਹ ਜੀ ਨੂੰ ਸਮਰਪਿਤ ਹੋ ਕੇ ਜਿਹੜੇ ਉਹ ਨਿਸ਼ਾਨ ਸਾਹਿਬ ਆਪਣੇ ਘਰਾਂ ਦੇ ਝੁਲਾਏ ਜਾਣ। ਦੂਸਰੀ ਬੇਨਤੀ ਆ ਕਿ ਲੰਬੇ ਅਰਸੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਦੀ ਲੜਾਈ ਲੜਦੀ ਆ ਰਹੀ ਹੈ ਔਰ ਇਹ ਅਸੀਂ ਕੋਈ ਇਨਸਾਫ਼ ਨਹੀਂ ਮੰਗਦੇ। ਕੇਵਲ ਦਾ ਕੇਵਲ ਜਿਹੜੀ 2019 ਦੇ ਵਿੱਚ ਸਾਹਿਬਾਂ ਦੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜਿਹੜੀ ਸੈਂਟਰ ਗੌਰਮੈਂਟ ਵੱਲੋਂ ਨੋਟੀਫਿਕੇਸ਼ਨ ਕੀਤੀ ਗਈ ਸੀ ਭਾਈ ਰਾਜੋਵਾਣੇ ਦੀ ਸਜ਼ਾ ਮਾਫ਼ ਇਨ ਦਾ ਸੈਂਸ ਵੀ ਉਹਨਾਂ ਦੀ ਡੈਥ ਸੈਂਟੈਂਸ ਜਿਹੜੀ ਉਹ ਮਾਫ਼ ਕਰਕੇ ਲਾਈਫ 'ਚ, ਅਤੇ ਭਾਈ ਗੁਰਦੀਪ ਸਿੰਘ ਖੈੜਾ ਅਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਦੀ ਜਿਹੜੀ ਆ ਉਹ ਮਾਫ਼ੀ ਦਿੱਤੀ ਜਾਊਗੀ। ਪਰ ਅੱਜ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਭਾਈ ਗੁਰਮੀਤ ਸਿੰਘ ਪਟਿਆਲੇ ਵਾਲਾ ਜਿਹੜੇ ਵਿਚਾਰੇ ਦੇ ਘਰ ਇੱਕ ਬਿਰਧ ਮਾਤਾ ਆ, ਵਿਆਹ ਵੀ ਸਾਰਾ ਜੇਲ੍ਹ ਦੇ ਵਿੱਚ ਵਿਆਹ ਵੀ ਨਾ ਹੋਇਆ, ਉਹਦੀ ਮੁੜ ਇਹ ਕੈਂਸਲ ਕਰਕੇ ਪਰੋਲ ਉਹ ਮੁੜ ਜੇਲ੍ਹ ਵਿੱਚ ਧੱਕ ਦਿੱਤੇ ਆ। ਇਹ ਸਾਡੇ ਵੱਡੇ ਗਿਲੇ ਵੀ ਆ ਔਰ ਜਿੱਥੇ ਸੈਂਟਰ ਸਰਕਾਰ ਤੇ ਗਿਲੇ ਆ ਉੱਥੇ ਪੰਜਾਬ ਦੀ ਸਰਕਾਰ ਤੇ ਵੀ ਗਿਲੇ ਆ ਕਿ ਕਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਵਿੱਚ ਜਿਹੜੀ 103 ਸਾਲਾਂ 'ਚ ਕਦੇ ਕਿਸੇ ਨੇ ਗੁਸਤਾਖੀ ਨਹੀਂ ਕੀਤੀ ਉਹਦੇ ਵਿੱਚ ਦਖਲਅੰਦਾਜ਼ੀ ਕੀਤੀ। ਸੋ ਇੱਦਾਂ ਹੀ ਆ ਪਿੱਛੇ ਹਰਿਆਣੇ ਦੇ ਵਿੱਚ ਜਿਹੜੀ ਆ ਲਗਾਤਾਰ 3-4 ਦਿਨ ਦਾ ਮੈਂ ਸੁਣ ਰਿਹਾ ਕਿ ਕਿਵੇਂ ਉੱਥੇ ਇੱਕ ਦੂਜੇ ਦੇ ਖਿਲਾਫ ਭਰ ਕੇ ਗੰਦ ਦੇ ਟੋਕਰੇ ਸਿੱਟੇ ਜਾ ਰਹੇ। ਸਰਕਾਰ ਨੇ ਉਹ ਖਾਤੇ ਸੀਲ ਕਰਤੇ ਆ, ਇੰਪਲੋਈਜ ਵਿਚਾਰਿਆਂ ਦੇ ਪੱਲੇ ਤਨਖਾਹਾਂ ਨਹੀਂ, ਤੇ ਜਦ ਅਸੀਂ ਪਹਿਲਾਂ ਵੀ ਕਿਹਾ ਸੀਗਾ ਭਾਈ ਤੁਸੀਂ ਅਕਾਲ ਤਖ਼ਤ ਦੀ ਤਾਬਿਆ ਆ ਕੇ ਕਮੇਟੀ ਬਣਾਓ ਜੇ ਬਣਾਉਣੀ ਵੀ, ਪਰ ਸ਼੍ਰੋਮਣੀ ਕਮੇਟੀ ਇਹਨੂੰ ਮਾਨਤਾ ਨਹੀਂ ਦਿੰਦੀ। ਪਰ ਅੱਜ ਜੋ ਅਸੀਂ ਕਹਿੰਦੇ ਸੀ ਉਹ ਸਾਰਾ ਸਾਹਮਣੇ ਸਪਸ਼ਟ ਹੋ ਕੇ ਆ ਗਿਆ। ਸੋ ਮੈਂ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੁੰਦਾ
ਕਿ ਕਦੇ ਵੀ ਧਰਮ ਦੇ ਵਿੱਚ ਸਿੱਧੀ ਦਖਲਦਾਜ਼ੀ ਕਰੋਗੇ ਉਹਦਾ ਫਿਰ ਨੁਕਸਾਨ ਹੋਊਗਾ, ਕਿਉਂਕਿ ਸਿੱਖ ਪੰਥ ਕਦੇ ਵੀ ਕਿਸੇ ਦੇ ਧਰਮ ਦੇ ਵਿੱਚ ਦਖਲਦਾਜ਼ੀ ਨਹੀਂ ਕਰਦਾ, ਸਤਿਕਾਰ ਕਰਦਾ। ਇਵੇਂ ਦਿੱਲੀ ਦੀ ਕਮੇਟੀ 'ਚ ਕਿਵੇਂ ਹੋਇਆ, ਮੈਂ ਵੱਡੇ ਡੰਘਾਈ 'ਚ ਨਾ ਜਾਵਾਂ, ਇੱਦਾਂ ਹੀ ਹਜ਼ੂਰ ਸਾਹਿਬ ਦੇ ਵਿੱਚ ਕੀ ਹੋਇਆ, ਤੋ ਇਵੇਂ ਹੀ ਹੁਣ ਪੰਜਾਬ ਦੇ ਵਿੱਚ ਵੀ ਯਤਨ ਕੀਤਾ ਜਾ ਰਿਹਾ। ਆਉਂਦੀ ਚੋਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਉਹਦੇ ਲਈ ਗੋਂਦਾਂ ਗੁੰਦੀਆਂ ਜਾ ਰਹੀਆਂ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਿਵੇਂ ਸਿਧਾਂਤਕ ਤੌਰ ਤੇ ਸਿੱਟਣਾ ਉਹਦੇ ਲਈ ਵੀ ਗੋਂਦਾਂ ਗਿਣੀਆਂ ਜਾ ਰਹੀਆਂ। ਸੋ ਸਿੱਖ ਕੌਮ ਨੂੰ ਸਮੁੱਚੇ ਤੌਰ ਤੇ ਬੇਨਤੀ ਕਰਦਾ, ਇੱਕ ਥਾਂ ਇਕੱਤਰ ਹੋਈਏ, ਲਓ ਅੱਜ ਤੁਸੀਂ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ, ਕਿਸੇ ਮੰਗ ਦੀ ਲੋੜ ਨੇ ਪੈਣੀ, ਮੰਗ ਆਪਣੇ ਆਪ ਹੀ ਤੁਹਾਡੇ ਕੋਲ ਪੂਰੀ ਹੋ ਜਾਊਗੀ। ਸੋ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ, ਸਮਾਂ ਜਿਹੜਾ ਆ ਇਕੱਤਰ ਹੋਣ ਦਾ ਆ, ਅਤੇ ਜਦੋਂ ਵੀ ਖਾਲਸਾ ਪੰਥ ਇਕੱਠਾ ਹੋਇਆ ਉਦੋਂ ਪ੍ਰਾਪਤੀਆਂ ਹੋਈਆਂ, ਖਾਸ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ। ਸੋ ਮੈਂ ਜਿੱਥੇ ਅੱਜ ਵਧਾਈ ਵੀ ਦਿੰਦਾ, ਉੱਥੇ ਇਹ ਸਰਕਾਰ ਨੂੰ ਵੀ ਚਾਹੁੰਦਾ ਵੀ ਜਿਹੜੇ ਧਾਰਮਿਕ ਕਾਰਜ ਆ, ਪਿੱਛੇ ਅਨੰਦਪੁਰ ਸਾਹਿਬ ਦਾ ਆਪਾਂ ਹੋਲਾ ਮਹੱਲਾ ਮਨਾ ਕੇ ਹਟੇ, ਉਹ ਕਿਵੇਂ ਮਹਾਂਪੁਰਸ਼ਾਂ ਨੇ, ਆਨੰਦਗੜ੍ਹ ਕਿਲ੍ਹੇ ਵਾਲਿਆਂ ਨੇ ਉਹ ਛੜਕ ਚੌੜੀ ਕੀਤੀ, ਇੱਕ ਬਜਰੀ ਦੀ ਉੱਥੇ ਟੋਕਰੀ ਨਹੀਂ ਸਿੱਟ ਸਕੇ, ਜਿਹੜੀ ਖਾਲਸੇ ਦੀ ਜਨਮ ਭੂਮੀ ਆ। ਆਹ ਹੁਣ ਵੀ ਮੈਂ ਇੱਥੇ ਦੇਖਦਾ ਇੱਕ ਆ ਜ਼ਰੂਰ ਮੇਨ ਰੋਡ ਦੇ ਉੱਤੇ ਜਿਹੜੀ ਆ ਉਹ ਜ਼ਰੂਰ ਇਹਨੇ ਉਹ ਪ੍ਰੀਮਿਕਸ ਜਿਹੜੀ ਪਾਈ ਆ, ਪਰ ਬਾਕੀ ਸੜਕਾਂ ਦਾ ਜੋ ਹਾਲ ਆ, ਮੈਂ ਸਮਝਦਾ ਸਰਕਾਰ ਹਰ ਇੱਕ ਪੱਖ ਤੋਂ ਜਿਹੜੀ ਆ ਫੇਲ ਹੋਈ, ਖਾਸ ਕਰਕੇ ਧਾਰਮਿਕ ਜਦੋਂ ਸਾਡੇ ਆਉਂਦੇ ਇਤਿਹਾਸਕ ਜੋੜ ਮੇਲੇ, ਤਦ ਤਾਂ ਹਰ ਇੱਕ ਦਾ ਜ਼ੋਰ ਹੁੰਦਾ ਸਰਕਾਰ ਦਾ ਭਾਈ ਸੰਗਤਾਂ ਨੇ ਆਉਣਾ ਆ ਅਤੇ ਕੋਈ ਨਾ ਕੋਈ ਸੇਧ ਕਰ ਦਈਏ। ਆ ਪਿੱਛੇ ਸੀਵਰੇਜ ਦਾ ਸਾਡਾ ਸੀਗਾ, ਉਹ ਵੀ ਆਪ ਹੀ ਸਾਨੂੰ ਆਪਣੇ ਕੋਲੋਂ ਹੀ ਕਰਨਾ ਪਿਆ। ਸੋ ਮੈਂ ਸਮਝਦਾ ਭਾਈ ਅੱਜ ਦੇ ਦਿਹਾੜੇ ਦੇ ਉੱਤੇ ਸਮੁੱਚੀ ਕੌਮ ਇੱਕ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਇਕੱਠੇ ਹੋਣ, ਫਿਰ ਜਿਹੜੇ ਕੋਈ ਮੁੱਦੇ ਨਹੀਂ ਰਹਿਣੇ, ਫਿਰ ਆ ਬੋਲਣ ਦੀਆਂ ਵੀ ਲੋੜਾਂ ਨਹੀਂ ਪੈਣੀਆਂ, ਆਪਣੇ ਆਪ ਹੀ ਸਾਰੇ ਹੱਲ ਹੋ ਜਾਣਗੇ। ਸੋ ਸਾਰੀ ਕੌਮ ਨੂੰ ਬਹੁਤ ਬਹੁਤ ਵਧਾਈ ਦਿੰਦਾ।